ਮੇਰੀ ਤੁਹਾਡੇ ਜ਼ਰੀਏ ਆਮ ਆਦਮੀ ਦੇ ਵੋਲੰਟੀਅਰਸ ਨੂੰ ਸਪੈਸ਼ਲ ਅਪੀਲ ਹੈ ਕਿ ਤੁਸੀਂ ਬਹੁਤ ਹੰਢਾਲਿਆ ਇਹਨਾਂ ਦਾ ਸੰਤਾਪ, ਆਓ ਸਾਡਾ ਸਾਥ, ਮੈਂ ਬੈਠਾ ਇੱਥੇ, ਮੈਂ ਤੁਹਾਡੀ ਹਿਫਾਜ਼ਤ ਕਰੂੰਗਾ, ਮੈਂ ਕਿਸੇ ਗੈਰ ਪੰਜਾਬੀ ਨੂੰ ਪੰਜਾਬ ਦੇ ਵਿੱਚ ਨਜਾਇਜ਼ ਨੌਕਰੀ ਨਹੀਂ ਲੈਣ ਦਊਂਗਾ, ਮੈਂ ਕਿਸੇ 'ਤੇ ਝੂਠਾ ਪਰਚਾ ਨਹੀਂ ਹੋਣ ਦਊਂਗਾ, ਮੈਂ ਜਿੰਦ ਜਾਣ ਲਾ ਦੂੰਗਾ ਕਿ ਸੰਗਰੂਰ ਦਾ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਕਿਸਾਨਾਂ ਦੇ, ਖੇਤ ਮਜ਼ਦੂਰਾਂ ਦੇ, ਛੋਟੇ ਦੁਕਾਨਦਾਰ ਦੇ, ਵਪਾਰੀ ਦੇ, ਉਹਦੀ ਆਪਾਂ ਹਿਫਾਜ਼ਤ ਕਰਨੀ। ਕਿੱਥੇ ਗਿਆ? ਕਹਿੰਦੇ ਸੀ ਜੀ ਇੰਸਪੈਕਟਰ ਰਾਜ ਖਤਮ ਕਰਨਾ। ਜਿੰਨੀ ਕਰਪਸ਼ਨ ਹੁਣ ਹੋਈ ਹੈ ਪੰਜਾਬ ਦੇ ਵਿੱਚ, ਤੌਬਾ ਮੇਰੀ, ਔਰ ਜਿੰਨਾ ਮਾਫੀਆ, ਚਾਹੇ ਮਾਈਨਿੰਗ ਆ, ਚਾਹੇ ਉਹ ਸ਼ਰਾਬ ਮਾਫੀਆ, 25 ਬੰਦੇ ਮਾਰ ਕੇ ਗੁਜਰਾਂ ਅਤੇ ਰਵਿਦਾਸਪੁਰੇ ਵਿੱਚ, ਇਹ ਕੀ ਦਰਸਾਉਂਦਾ ਦੈਟ ਦੇਰ ਇਜ਼ ਅ ਪੈਰਲ ਮਾਫੀਆ ਵਰਕਿੰਗ ਇਨ ਪੰਜਾਬ। ਇੱਦਾਂ ਹੀ ਉਹ ਸਾਡਾ ਕੇਬਲ ਨੈਟਵਰਕ ਦੇ ਉੱਤੇ ਕਬਜ਼ਾ ਕਰ ਰਿਹਾ ਪਠਾਨ ਮਾਜਰਾ, ਆ ਰੀਅਲ ਇਸਟੇਟ ਮਾਫੀਆ ਸਰਬਜੀਤ ਕੌਰ ਮਾਣੂ ਕੇ ਤੁਹਾਡੇ ਲਾਗੇ MP MLA ਬਣੀ ਹੋਈ ਹੈ, NRA ਦੀ ਕੋਠੀ 'ਤੇ ਕਬਜ਼ਾ। ਹੋਰ ਮਾਫੀਆ ਕਿੱਦਾਂ ਦਾ ਹੁੰਦਾ ਵਾ? 60-70 ਹਜ਼ਾਰ ਕਰੋੜ ਦਾ ਕਰਜ਼ਾ ਐਡ ਕਰ ਦਿੱਤਾ ਵਾ, ਫਿਰ ਵੀ ਕਹੀ ਜਾਂਦੇ ਰੰਗਲਾ ਪੰਜਾਬ ਹੈ, ਰੰਗਲਾ ਪੰਜਾਬ ਹੈ, ਖੰਭਿਆਂ ਦੀ ਸਰਕਾਰ ਹੈ, ਹਰ ਖੰਭਾ ਭਰਿਆ ਹੋਇਆ ਪੰਜਾਬ ਦੇ ਵਿੱਚ ਸਵਾਏ ਪਬਲਿਸਿਟੀ ਤੋਂ। ਲਾਸਟ ਗੱਲ ਕਹਿਣ ਲੱਗਿਆ ਕਿ ਇਹਨਾਂ ਦੇ BJP 'ਚ ਅੰਤਰ ਕੀ, ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ। ਉੱਥੇ ਕੇਜਰੀਵਾਲ ਸਾਹਿਬ ਰੋ ਰਹੇ ਨੇ ਕਿ ਮੈਨੂੰ ਅੰਦਰ ਜੇਲ੍ਹ 'ਚ ਕਰਤਾ, ਹਮਕੋ ਪਕੜ ਲਿਆ, ਹਮ ਕੱਟੜ ਇਮਾਨਦਾਰ ਹੈ। ਇੱਕ ਮਿੰਟ ਲਈ ਮੰਨ ਲਓ, ਵੈਸੇ ਇਮਾਨਦਾਰ ਹੈ ਨਹੀਂ ਗੇ ਕਿਉਂਕਿ ਓਬਜ਼ਰਵੇਸ਼ਨ ਸੁਪਰੀਮ ਕੋਰਟ ਅਤੇ ਹਾਈਕੋਰਟ ਦੀਆਂ ਬਹੁਤ ਜ਼ਿਆਦਾ ਸਟਰੋਂਗ ਇਹਨਾਂ ਦੇ ਖਿਲਾਫ ਆਈਆਂ ਨੇ, ਬੇਲਾਂ ਡਿਨਾਈ ਹੋਈਆਂ ਨੇ, ਪਰ ਮੰਨੋ ਕਿ ਇਹ ਇਮਾਨਦਾਰ ਹੈ ਕੱਟੜ, ਔਰ BJP ਗਲਤ ਕੰਮ ਕਰ ਰਹੀ ਕਿ ED ਅਤੇ CBI ਦਾ ਮਿਸਯੂਜ਼ ਕਰ ਰਹੀ। ਤੁਸੀਂ ਪੰਜਾਬ ਵਿੱਚ ਪੁਲਿਸ ਦਾ ਦੁਰਉਪਯੋਗ ਨਹੀਂ ਕਰ ਰਹੇ, ਤੁਸੀਂ ਪੰਜਾਬ ਦੇ ਨਜਾਇਜ਼ ਪਰਚਾ ਕੋਈ ਨਹੀਂ ਕੀਤਾ, ਤੁਹਾਡੇ ਸਾਹਮਣੇ ਬੈਠਾ ਸੁਖਪਾਲ ਖਹਿਰਾ ਜਿਹਦੇ 'ਤੇ 5 ਪਰਚੇ ਕੀਤੇ ਨੇ ਭਗਵੰਤ ਮਾਨ ਦੀ 2 ਸਾਲ ਦੀ ਸਰਕਾਰ ਨੇ, NDPS ਦਾ ਪਰਚਾ, ਜਦੋਂ NDPS ਬੇਲ ਹੋਣ ਲੱਗੀ ਇੱਕ ਹੋਰ 3 ਵਜੇ ਤੜਕੇ ਪਰਚਾ, ਇਹਨੂੰ ਹੋਰ ਕੀ ਕਹਿੰਦੇ ਮਿਸਯੂਜ਼ ਆਫ ਪਾਵਰ। ਭਾਨੇ ਸਿੱਧੂ ਦੇ 4 ਪਰਚੇ, ਲੱਖੇ ਦੇ ਉੱਤੇ ਪਰਚਾ, ਜਿਹੜਾ ਬੋਲਦਾ ਉਹਦੇ 'ਤੇ ਪਰਚਾ, ਦਿੱਲੀ ਜਾਂਦੀ ਪੁਲਿਸ ਕੇਜਰੀਵਾਲ ਦੇ ਖਿਲਾਫ਼ ਟਵੀਟ ਵੀ ਕਰਦੇ, ਦਿੱਲੀ ਜਾਂਦੀ ਹੈ ਪੁਲਿਸ ਚੱਕਣ ਨੂੰ, ਜੰਮੂ ਜਾਂਦੀ ਆ, ਇੱਕ ਯੂਟਿਊਬਰ ਸੀਗਾ ਸ਼ਾਇਦ ਨੁਕਲ ਹੈ ਉਹਦਾ ਨਾਮ, ਉਹਨੇ ਲਵਲੀ ਯੂਨੀਵਰਸਿਟੀ ਦੇ ਖਿਲਾਫ਼ ਛੋਟੀ ਜਿਹੀ ਵੀਡੀਓ ਪਾਈ, ਉਹਨੂੰ ਜੰਮੂ ਪੁਲਿਸ ਚੱਕਣਗੀ। ਵਾਟ ਬਿਜ਼ਨਸ ਡਸ ਹੈ ਪੰਜਾਬ ਪੁਲਿਸ ਟੂ ਹੈਵ ਟੂ ਐਕਟ ਔਨ ਦੇਅਰ ਪਰਸਨਲ ਵਿਮਸ ਐਂਡ ਫੈਂਸੀਜ਼? ਇਹ ਕੋਈ ਉਹਨਾਂ ਦੀ ਪੇਡ ਕੋਈ ਮਲੇਸ਼ੀਆ ਨਹੀਂ ਗਾ, ਪ੍ਰਾਈਵੇਟ ਫੌਜ ਨੀਗੀ, ਪੰਜਾਬ ਪੁਲਿਸ ਦਾ ਕੰਮ ਹੈਗਾ ਟੂ ਅਪਹੋਲ ਲਾਅ ਐਂਡ ਆਰਡਰ, ਉਹਨਾਂ ਦੀ ਗੱਲ ਕਰਨੀ, ਪੰਜਾਬ ਦੇ ਲੋਕਾਂ ਦੀ ਹਿਫਾਜ਼ਤ ਕਰਨੀ। ਕੀ ਇਹਨਾਂ ਨੇ ਦੁਰਉਪਯੋਗ ਨਹੀਂ ਕੀਤਾ ਹੈ? ਉੱਧਰ ਕਹਿੰਦੇ ਗੋਦੀ ਮੀਡੀਆ ਬਣਾਇਆ, ਕੀ ਤੁਸੀਂ ਪੰਜਾਬ ਦੇ ਵਿੱਚ ਮੀਡੀਆ ਨਹੀਂ ਦਬਾਇਆ ਹੈ? ਕੀ ਤੁਸੀਂ ਆਜ਼ਾਦ ਰਹਿਣ ਦਿੱਤਾ ਤੁਹਾਡੀ? ਤੁਸੀਂ ਕੋਈ ਕਦੀ ਕਿਸਾਨਾਂ ਦੀ ਖਬਰ ਦੇਖੀ ਹੈ? ਜਿਹੜੇ ਵੱਡੇ ਹੈਗੇ ਨੇ ਚੈਨਲ 'ਤੇ ਇਸਟੈਬਲਿਸ਼ ਪ੍ਰਿੰਟ ਮੀਡੀਆ, ਦੂਜਾ ਹਜ਼ਾਰਾਂ ਦੇ ਇਕੱਠ ਕਰਦੇ ਨੇ, ਉਗਰਾਹਾਂ ਵਰਗੇ, ਡੱਲੇਆਲ ਵਰਗੇ, ਅਤੇ ਰੁਲਦੂ ਸਿੰਘ ਮਾਨਸਾ ਵਰਗੇ, ਅਤੇ ਹੋਰ ਜਥੇਬੰਦੀਆਂ ਕਾਦੀਆਂ ਵਰਗੇ, ਨੋਬਡੀ ਸ਼ੋਨ। ਸ਼ੰਭੂ ਬਾਰਡਰ 'ਤੇ ਇੱਦਾਂ ਟੋਰਚਰ ਹੋਇਆ ਵਾ। ਔਰ ਇੱਕ ਮੈਂ ਗੱਲ ਇਹਦੇ 'ਚ ਐਡ ਕਰਨਾ ਕਿ ਇਹ ਜਿਹੜੇ 2 ਗੱਲਾਂ 'ਚ ਮੈਂ ਜੁਆਇੰਟ ਓਪਰੇਸ਼ਨਸ ਕਹਿ ਰਿਹਾ ਇਹਨਾਂ ਦੇ, ਔਰ ਇਹਨਾਂ ਤੋਂ ਜਵਾਬ ਮੰਗਣਾ ਚਾਹੀਦਾ, ਸ਼ਾਇਦ ਤੁਹਾਨੂੰ ਮਿਲਣਗੇ ਕਿ ਨਹੀਂ ਮਿਲਣਗੇ। ਇੱਕ ਇਹਨਾਂ ਨੇ ਜਦੋਂ NSA ਲਾਈ ਆ ਉਹਦੇ 'ਤੇ ਭਾਈ ਅੰਮ੍ਰਿਤਪਾਲ ਸਿੰਘ, ਮੈਂ ਭਾਈ ਅੰਮ੍ਰਿਤਪਾਲ ਸਿੰਘ ਦਾ ਵਕੀਲ ਨਹੀਂ ਗਾ, ਅਗਰ ਉਹਨੇ ਕੋਈ ਅਜਨਾਲੇ ਭੰਨ ਤੋੜ ਕੀਤੀ ਆ, ਸਾਡੇ ਕੋਲ ਪੁਲਿਸ ਕੰਪੀਟੈਂਟ ਸੀਗੀ, ਉਹਨੂੰ ਇੱਥੇ 307 ਲਾਉਂਦੀ, 452 ਲਾਉਂਦੀ, ਅੰਮ੍ਰਿਤਸਰ ਦੀ ਜੇਲ੍ਹ 'ਚ ਰੱਖਦੀ, ਅੰਮ੍ਰਿਤਸਰ ਦੀ ਅਦਾਲਤ 'ਚ ਟ੍ਰਾਇਲ ਕਰਦੀ, ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਤੁਸੀਂ ਉਹਨੂੰ ਚੱਕ ਕੇ ਨੌਜਵਾਨਾਂ ਨੂੰ ਡਿਬਰੂਗੜ੍ਹ ਅਸਾਮ ਭੇਜਤਾ ਵਾ? ਔਰ ਉੱਥੇ ਕੇਜਰੀਵਾਲ ਨੇ TV 'ਤੇ ਸਵੀਕਾਰ ਕੀਤਾ ਕਿ ਦਿੱਲੀ ਨੇ ਹਮਾਰੀ ਮਦਦ ਮੰਗੀ, ਹਮਨੇ ਦਿੱਲੀ ਕੋ ਮਦਦ ਦੀ, ਦੁਬਾਰਾ ਮੰਗੇਗੇ, ਦੁਬਾਰਾ ਦੇਂਗੇ। ਜੁਆਇੰਟ ਆਪਰੇਸ਼ਨ ਸੀਗਾ, ਕਿਸਾਨਾਂ ਦੇ ਉੱਤੇ ਹਮਲਾ ਕੀਤਾ, ਬੈਰੀਕੇਡਿੰਗ ਇਜ਼ ਐਟ ਘੱਗਰ, ਉਹ ਅੰਦਰ ਵੜ ਕੇ ਘੱਗਰ ਦੇ ਬੈਰੀਕੇਡਿੰਗ ਹੋਈ ਆ, ਉੱਥੋਂ ਸਾਡੇ ਕਿਸਾਨ ਫੱਟੜ ਹੋਣ, ਉੱਥੋਂ ਸ਼ੁਭਕਰਨ ਮਰਿਆ ਵਾ, ਅਗੇਨ ਜੁਆਇੰਟ ਆਪਰੇਸ਼ਨ ਬਾਏ ਭਗਵੰਤ ਮਾਨ ਐਂਡ ਵਿਜੇ। ਸੋ ਵਟ ਇਜ਼ ਦ ਡਿਫਰੈਂਸ ਬਿਟਵੀਨ ਦੀਸ ਟੂ? ਤਾਂ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ, ਇਕੱਲਾ ਸੰਗਰੂਰ ਅਪੀਲ ਨਹੀਂ ਹੈ ਮੇਰੀ, ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਮੈਂ ਨਹੀਂ ਕਹਿੰਦਾ ਕਾਂਗਰਸ ਨੂੰ ਵੋਟ ਪਾਓ, ਮੈਂ ਕਹਿੰਦਾ ਕਿ ਚੰਗੇ ਬੰਦੇ ਭੇਜੋ ਪਾਰਲੀਮੈਂਟ ਵਿੱਚ, ਡਾਕਟਰ ਗਾਂਧੀ ਵਰਗੇ ਭੇਜੋ ਜਿਹੜੇ ਉੱਥੇ ਬੋਲਣ ਜਾ ਕੇ। ਡੂ ਨੋਟ ਸੈਂਡ ਪੀਪਲ ਜਿਹੜੇ ਆ ਬੰਧੂਆਂ ਮਜ਼ਦੂਰ, ਤੁਸੀਂ ਵਿਧਾਨ ਸਭਾ 'ਚ ਭੇਜੇ, 92 ਭੇਜੇ, ਦੱਸੋ ਕਿਹੜਾ ਬੋਲਦਾ, ਸਵਾਏ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਦੱਸੋ ਬੋਲਦਾ ਕੌਣ ਹੈ ਇਹਨਾਂ ਦਾ? ਇੰਨਾ ਕੁਛ ਪੰਜਾਬ 'ਚ ਹੋ ਗਿਆ, ਕਿਸਾਨਾਂ ਦੇ ਕੁੱਟ ਪੈ ਗਈ, ਆ ਮਾਫੀਆ ਗਣਾਤਾ, ਕਿੰਨਾ ਕੁਛ ਹੋਇਆ ਪੰਜਾਬ ਦੇ ਵਿੱਚ, ਇੱਕ ਬੰਦਾ ਨਹੀਂ ਬੋਲਿਆ। ਸੋ ਦੇਅਰਫੋਰ ਮੇਰੀ ਅਪੀਲ ਹੈ ਕਿ
ਇੱਕ ਆਹ ਜਿਹੜਾ ਸਮਾਂ ਹੈ ਪੰਜਾਬ ਦਾ, ਪੰਜਾਬ ਬਹੁਤ ਕ੍ਰਿਟੀਕਲ ਕ੍ਰਾਈਸਿਸ ਵਿੱਚ ਆ, ਫਾਈਨੈਂਸ਼ਲੀ ਐਂਡ ਆਲਸੋ ਸੋਸ਼ਲੀ ਐਂਡ ਆਲਸੋ ਪੋਲੀਟੀਕਲੀ ਐਂਡ ਆਲਸੋ ਰਿਲੀਜੀਅਸਲੀ। ਅਤੇ ਆਪਾਂ ਸਭ ਹੁਣ ਜਿੱਦਾਂ ਅਕਾਲੀ ਦਲ ਕਹਿ ਰਿਹਾ ਸਾਨੂੰ ਵੋਟਾਂ ਪਾਓ, ਜੇ ਅਕਾਲੀ ਦਲ ਨੂੰ ਵੋਟ ਪਾਈ ਅਲਟੀਮੇਟਲੀ ਬੀਜੇਪੀ ਦੇ ਖਾਤੇ 'ਚ ਜਾਣੀ ਹੈ। ਇੱਕ ਸੀਟ ਜਿੱਤ ਕੇ ਫਰਜ਼ ਕਰੋ ਕੋਈ ਬਾਏ ਫਲੂਕ ਤੁੱਕੇ ਨਾਲ, ਤਾਂ ਵੀ ਉਹ ਜਾਣੀ ਉਹਦੇ ਵੱਲ, ਇਹਦਾ ਮਤਲਬ ਇਹਦੇ ਨਾਲ ਬੈਟਰ ਤਾਂ ਸਿੱਧੀ ਬੀਜੇਪੀ ਨੂੰ ਪਾ ਦਿਓ ਵੋਟ ਤੁਸੀਂ, ਜੇ ਅਗਰ ਇੱਦਾਂ ਦੀ ਗੱਲ ਕਰ ਰਹੇ। ਸੋ ਇਸ ਕਰਕੇ ਅੱਛੇ ਤਰੀਕੇ ਨਾਲ ਸਮਝ ਕੇ ਚੰਗੇ ਬੰਦਿਆਂ ਨੂੰ ਵੋਟ ਪਾਓ, ਅਸੀਂ ਤੁਹਾਡੇ ਸਾਰਿਆਂ ਦੀ ਹਿਫਾਜ਼ਤ ਕਰਾਂਗੇ। ਤੁਹਾਡਾ ਆਉਣ ਲਈ ਧੰਨਵਾਦ ਜੀ।